ਪ੍ਰੋਗਰਾਮ ਸਟੇਟ ਟਾਕ ਦੇ ਅੱਜ ਦੇ ਇਸ ਐਪੀਸੋਡ ਵਿੱਚ ਸਵਾਗਤ ਹੈ ਦਰਸ਼ਕਾਂ ਦਾ। ਇੱਕ ਬੇਹੱਦ ਖਾਸ ਮਹਿਮਾਨ ਨਾਲ ਇਸ ਗੱਲਬਾਤ ਨੂੰ ਲੈ ਕੇ ਹਾਜ਼ਰ ਹੋਇਆ, ਇੱਕ ਐਸਾ ਮਹਿਮਾਨ ਜੋ ਕਿ ਕਾਂਗਰਸ ਪਾਰਟੀ ਦਾ ਇੱਕ ਬਹੁਤ ਹੀ ਕੱਦਾਵਰ ਨੇਤਾ ਹੈਗਾ। ਪੰਜਾਬ ਦੇ ਕੱਦਾਵਰ ਨੇਤਾ ਹੀ ਨਹੀਂ ਬਲਕਿ ਕੌਮੀ ਪੱਧਰ 'ਤੇ ਵੀ, ਨੈਸ਼ਨਲ ਲੈਵਲ 'ਤੇ ਵੀ ਕਾਂਗਰਸ ਪਾਰਟੀ ਦੇ ਵਿੱਚ ਆਪਣੀ ਇੱਕ ਸਾਖ, ਆਪਣੀ ਇੱਕ ਪਛਾਣ ਇਹਨਾਂ ਨੇ ਬਣਾਈ ਹੈ ਓਵਰ ਲਾਸਟ 2 ਡੈਕੇਡਸ। ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਹੈਗੇ ਨੇ ਸਰਦਾਰ ਜਗਮੀਤ ਸਿੰਘ ਬਰਾੜ ਸਾਹਿਬ, ਜੋ ਕਿ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਹੈਗੇ ਨੇ ਅਤੇ 2 ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹੈਗੇ ਨੇ ਫਰੀਦਕੋਟ ਹਲਕੇ ਤੋਂ। ਸਰਦਾਰ ਬਰਾੜ, ਬਹੁਤ ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਦਰਸ਼ਕਾਂ ਨੂੰ ਦੱਸ ਦਈਏ ਵੀ ਉਸ ਵਕਤ ਜਦੋਂ ਕਿ ਮੋਗਾ ਬਾਈ ਇਲੈਕਸ਼ਨ ਸਾਹਮਣੇ ਹੈਗਾ, 2014 ਦੀਆਂ ਪਾਰਲੀਮੈਂਟਰੀ ਚੋਣਾਂ ਜਿਹੜੀਆਂ ਹੈਗੀਆਂ ਉਹ ਸਾਹਮਣੇ ਹੈਗੇ ਨੇ, ਕਾਂਗਰਸ ਪਾਰਟੀ ਦੇ ਅੱਗੇ ਚੁਣੌਤੀਆਂ ਬਹੁਤ ਹੈਗੀਆਂ ਨੇ, ਪੰਜਾਬ ਕਾਂਗਰਸ ਦੇ ਅੱਗੇ ਵੀ ਬਹੁਤ ਚੁਣੌਤੀਆਂ ਨੇ ਅਤੇ ਦੇਸ਼ ਭਰ ਦੀ ਗੱਲ ਕੀਤੀ ਜਾਵੇ ਉਸ ਵਿੱਚ ਵੀ ਕਾਂਗਰਸ ਪਾਰਟੀ ਨੂੰ ਕਾਫੀ ਜ਼ਿਆਦਾ ਚੁਣੌਤੀਆਂ ਨਜ਼ਰ ਆ ਰਹੀਆਂ ਹੈਗੀਆਂ ਨੇ 2014 ਦੇ ਵਿੱਚ, ਕਿਉਂਕਿ ਮਹਿੰਗਾਈ ਦਾ ਮੁੱਦਾ ਹੈਗਾ, ਭ੍ਰਿਸ਼ਟਾਚਾਰ ਦੇ ਐਸੇ ਆਰੋਪ ਹੈਗੇ ਨੇ, ਦੇਸ਼ ਵਿੱਚ ਤਮਾਮ ਸੀਰੀਜ਼ ਆਫ ਐਸੇ ਗੱਲਬਾਤ ਹੈਗੀ ਹੈ ਜਿਸ ਨੂੰ ਕਿ ਐਡਰੈਸ ਕਰਨਾ ਕਾਂਗਰਸੀ ਨੇਤਾਵਾਂ ਦੀ ਜ਼ਿੰਮੇਵਾਰੀ ਰਹੀ ਹੈ। ਅਤੇ ਜੈਪੁਰ ਦੀ ਜਿਹੜੀ ਕਾਂਗਰਸ ਪਾਰਟੀ ਦੀ ਕਨਵੈਨਸ਼ਨ, ਇੱਕ ਚਿੰਤਨ ਸ਼ਿਵਰ ਹੋਇਆ, ਉਸ ਤੋਂ ਬਾਅਦ ਰਾਹੁਲ ਗਾਂਧੀ ਹੋਣਾ ਦਾ ਪਾਰਟੀ ਦਾ ਮੀਤ ਪ੍ਰਧਾਨ ਬਣਨਾ, ਵਾਈਸ ਪ੍ਰੈਜੀਡੈਂਟ ਬਣਨਾ, ਅਤੇ ਉਸ ਤੋਂ ਬਾਅਦ ਪਾਰਟੀ ਦੇ ਵਿੱਚ ਤਬਦੀਲੀਆਂ ਦੀ ਸੰਭਾਵਨਾ, ਰੀਵੈਂਪ ਦੀ ਸੰਭਾਵਨਾ ਜਾਂ ਗੁੰਜਾਇਸ਼, ਇਹ ਸਾਰੀਆਂ ਗੱਲਾਂ ਬਾਤਾਂ ਹੈਗੀਆਂ ਨੇ ਜੋ ਕਿ ਵਿਚਾਰੀਆਂ ਜਾ ਚੁੱਕੀਆਂ ਨੇ। ਅਤੇ ਸਰਦਾਰ ਬਰਾੜ, ਬਹੁਤ ਹੀ ਇਹਨਾਂ ਦਾ ਕਲੋਜ਼ ਐਕਸੈਸ ਰਿਹਾ ਹੈ ਉਹ ਤਮਾਮ ਗਤੀਵਿਧੀਆਂ ਵਿੱਚ ਜੋ ਕਿ ਕਾਂਗਰਸ ਦੇ ਆਲਾ ਕੁਆਰਟਰਸ ਦੇ ਵਿੱਚ, ਹਾਈ ਕਮਾਂਡ ਦੇ ਲੈਵਲ 'ਤੇ ਚੱਲ ਰਹੀਆਂ ਨੇ, ਇਹਨਾਂ ਨਾਲ ਗੱਲਬਾਤ ਉਹਨਾਂ ਬਾਰੇ ਵੀ ਹੋਏਗੀ। ਅਤੇ ਪੰਜਾਬ ਦੇ ਮੌਜੂਦਾ ਹਾਲਾਤ, ਮੋਗਾ ਬਾਈ ਇਲੈਕਸ਼ਨ ਅਤੇ ਹੋਰ ਤਮਾਮ ਗੱਲਾਂ ਬਾਤਾਂ, ਇੱਥੋਂ ਦੇ ਜਿਹੜੀ ਸਥਾਨਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਵਰਕਿੰਗ ਹੈਗੀ ਉਸ ਉੱਤੇ ਵੀ ਕਰਾਂਗੇ। ਸਰਦਾਰ ਬਰਾੜ, ਜੈਪੁਰ ਦੇ ਵਿੱਚ ਕਨਵੈਨਸ਼ਨ ਚਿੰਤਨ ਸ਼ਿਵਰ ਪਾਰਟੀ ਦਾ ਹੋਇਆ, ਉਸ ਤੋਂ ਬਾਅਦ ਇੱਕ ਨਵੀਂ ਲੀਡਰਸ਼ਿਪ ਦਾ ਉਭਾਰ ਅਸੀਂ ਵੇਖ ਰਹੇ ਹੈਗੇ ਹਾਂ, ਉਹਦਾ ਸੈਂਟਰ ਸਟੇਜ 'ਤੇ ਆ ਜਾਣਾ ਰਾਹੁਲ ਗਾਂਧੀ ਹੋਣਾ ਦਾ। ਇੱਕ ਗੱਲਬਾਤ ਆਈ, ਖਬਰਾਂ ਵੀ ਛਪੀਆਂ ਵੀ ਪਾਰਟੀ ਦੇ ਜਿਹੜੇ ਯੂਨਿਟਸ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਰੀਵੈਂਪ ਦੀ ਗੁੰਜਾਇਸ਼, ਕੇਂਦਰ ਤੋਂ ਲੈ ਕੇ ਸਟੇਟ ਦੇ ਵਿੱਚ। ਇਸ ਗੱਲ ਨੂੰ ਲੈ ਕੇ ਵਾਈਸ ਪ੍ਰੈਜੀਡੈਂਟ ਰਾਹੁਲ ਗਾਂਧੀ ਕਾਫੀ ਜ਼ਿਆਦਾ ਥੋੜ੍ਹੇ ਰਿਜ਼ਰਵਡ ਸਨ, ਰੈਟੀਸੈਂਟ ਸਨ, ਉਹ ਨਹੀਂ ਚਾਹ ਰਹੇ ਸਨ ਵੀ ਇਮੀਡੀਏਟਲੀ ਇਸ ਕਿਸਮ ਦਾ ਚੇਂਜ ਆਫ ਗਾਰਡ ਨੂੰ ਅਫੈਕਟ ਕੀਤਾ ਜਾਏ। ਦਿਗਵਿਜੇ ਸਿੰਘ ਉਹਨਾਂ ਨੇ ਗੱਲਬਾਤ ਨੂੰ ਅੱਗੇ ਤੋਰਿਆ ਅਤੇ ਸਰਦਾਰ ਜਗਮੀਤ ਸਿੰਘ ਬਰਾੜ ਵੱਲੋਂ ਉਹਨਾਂ ਦੀ ਤਰਜਮਾਨੀ ਕੀਤੀ ਗਈ ਆ, ਉਹਨਾਂ ਨੂੰ ਸੈਕਿੰਡ ਕੀਤਾ ਗਿਆ। ਕੀ ਕਾਰਨ ਸਮਝਦੇ ਵੀ ਤੁਹਾਡੇ ਵਰਗੇ ਲੀਡਰ ਸਮਝਦੇ ਨੇ ਕਿ ਅੱਜ ਰੀਵੈਂਪ ਦੀ ਲੋੜ ਹੈਗੀ ਹੈ? ਲਖੀ ਜੀ, ਮੈਂ ਸਮਝਦਾ ਕਿ 18-19-20 ਜਨਵਰੀ ਦਾ ਜਿਹੜਾ ਜੈਪੁਰ ਦਾ ਚਿੰਤਨ ਸ਼ਿਵਰ ਕਾਂਗਰਸ ਪਾਰਟੀ ਦਾ ਹੋਇਆ ਉਹ ਆਪਣੇ ਆਪ ਵਿੱਚ ਬਹੁਤ ਇਤਿਹਾਸਕ ਹੋ ਨਿਬੜਿਆ। ਵੈਸੇ ਤਾਂ ਕਾਂਗਰਸ ਦੇ ਅਧਿਵੇਸ਼ਨਾਂ ਦਾ ਇਤਿਹਾਸ 1919 ਤੋਂ ਅੰਮ੍ਰਿਤਸਰ ਸੈਸ਼ਨ ਤੋਂ ਸ਼ੁਰੂ ਹੋਇਆ, 1929 ਦਾ ਬੜਾ ਹਿਸਟੋਰਿਕ ਸੈਸ਼ਨ ਗਿਣਿਆ ਜਾਂਦਾ, ਐਂਡ ਲੇਟਰ ਔਨ ਦੇਰ ਹੈਵ ਬੀਨ ਹੰਡਰਡਸ ਆਫ ਸੈਸ਼ਨ ਜਿਹੜੇ ਪਾਰਟੀ ਦੇ ਹੋਏ ਨੇ। ਮਗਰ ਇਸ ਸ਼ਿਵਰ ਵਿੱਚ ਜੋ ਸ਼੍ਰੀ ਰਾਹੁਲ ਗਾਂਧੀ ਨੇ ਵਿਚਾਰ ਰੱਖੇ ਮਨ ਤੋਂ, ਦਿਲ ਤੋਂ, ਔਰ ਜੋ ਬੇਸਿਕ ਕੌਡ ਉਹਨਾਂ ਨੇ ਹਿੰਦੁਸਤਾਨੀਆਂ ਦੀ ਟੱਚ ਕੀਤੀ, ਜਦੋਂ ਉਹਨਾਂ ਨੇ ਇਹ ਸ਼ਬਦ ਕਹੇ ਕਿ ਰਾਤ ਮਾਂ ਮੇਰੇ ਕਮਰੇ ਮੇ ਆ ਕੇ ਰੋਈ, ਔਰ ਉਸਨੇ ਕਿਹਾ ਤਾਕਤ ਸਿਆਸਤ ਜ਼ਹਿਰ ਹੈ, ਮਗਰ ਵੋ ਇਸ ਲਈ ਇਹ ਬੋਲੀ ਕਿ ਦੋ ਕੁਰਬਾਨੀਆਂ ਆਲਰੇਡੀ ਪਰਿਵਾਰ ਕੀ ਹੋ ਚੁੱਕੀ ਹੈ ਔਰ ਇਸ ਦੇਸ਼ ਕੋ ਆਗੇ ਲੈ ਕੇ ਜਾਣਾ ਹੈ। ਮੈਂ ਸਮਝਦਾ ਹਾਂ ਕਿ 131 ਵਰਿਆਂ ਦੇ ਕਾਂਗਰਸ ਦੇ 30 ਵਰਿਆਂ ਦੇ ਇਤਿਹਾਸ ਵਿੱਚ ਇਹ ਇੱਕ ਬੜੀ ਹਿੰਦੁਸਤਾਨ ਦੇ ਆਵਾਮ ਨੂੰ ਇੱਕ ਟੱਚ ਕੀਤਾ ਹੈ ਇਸ ਤਕਰੀਰ ਨੇ, ਔਰ ਇਹ ਜੋ ਸਾਡਾ ਪੋਲੀਟੀਕਲ ਰੈਜੋਲਿਊਸ਼ਨ ਹੈ ਜੈਪੁਰ ਚਿੰਤਨ ਸ਼ਿਵਰ ਦਾ, ਜਿਹੜੀ ਸਾਡੀ ਜੈਪੁਰ ਡੈਕਲਰੇਸ਼ਨ ਹੈ, ਦਿਸ ਇਜ਼ ਗੋਇੰਗ ਟੂ ਬੀ ਅ ਫਾਊਂਡੇਸ਼ਨ ਸਾਡੀ ਫਿਊਚਰ ਪੋਲੀਟਿਕਸ ਦੀ ਜਿਹੜੀ ਕੰਟਰੀ 'ਚ ਹੋਣੀ ਹੈ। ਦਿਗਵਿਜੇ ਸਿੰਘ ਜੀ ਨੇ ਕੱਲ੍ਹ ਦੀ ਸਾਡੀ ਵਾਈਸ ਪ੍ਰੈਜੀਡੈਂਟ ਨਾਲ ਪਹਿਲੀ ਮੁਲਾਕਾਤ ਸੀ, ਔਰ ਚਿੰਤਨ ਸ਼ਿਵਰ ਤੋਂ ਬਾਅਦ ਉਹਨਾਂ ਨੇ ਇੰਨੀ ਖੂਬਸੂਰਤ ਗੱਲ ਕਹੀ ਉਸ ਮੀਟਿੰਗ ਦੇ ਵਿੱਚ ਕਿ ਮੈਂ ਇਹ ਚਾਹੁੰਦਾ ਕਿ ਅੱਜ ਤੁਸੀਂ ਹਿੰਦੁਸਤਾਨ ਦੇ ਤਮਾਮ ਇੰਪੋਰਟੈਂਟ ਕਾਂਗਰਸਮੈਨ ਇੱਥੇ ਬੈਠੇ ਹੋ, ਆਪਣੇ ਦਿਲ ਦੀ ਗੱਲ ਕਰੋ, ਪਲੀਜ਼ ਬਰੂਟਲੀ ਬੀ ਫਰੈਂਕ, ਡੋਂਟ ਹੈਜ਼ੀਟੇਟ ਕਿ ਸਾਡੇ 'ਚ ਆਹ ਕਮਜ਼ੋਰੀਆਂ ਅਤੇ ਉਹਦਾ ਜ਼ਿਕਰ ਨਾ ਕਰੋ। ਤਾਂ ਮੈਂ ਤਾਂ ਕਾਂਗਰਸ ਦੀ ਹਿਸਟਰੀ 'ਚ ਪਹਿਲੀ ਵਾਰ ਦੇਖਿਆ ਕਿ ਆਪਦੇ ਹਿਰਦੇ ਦੀਆਂ ਗਹਿਰਾਈਆਂ 'ਚ ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਲੋਕਾਂ ਨੇ ਉਹ ਗੱਲ ਕੀਤੀ। ਦਿਗਵਿਜੇ ਸਿੰਘ ਜੀ ਨੇ ਕਿਹਾ ਕਿ ਕਾਫੀ ਦੇਰ ਤੋਂ ਅਪਮੰਜਸ ਹੈ ਔਰਗਨਾਈਜੇਸ਼ਨ ਦੇ ਅੰਦਰ, ਹਮ ਮਾਮਲੋਂ ਕੋ ਡਿਲੇ ਕਈ ਵਾਰ ਕਰਤੇ ਹੈ, ਤੋ ਉਨ ਮਾਮਲੋਂ ਕੋ ਡਿਲੇ ਕਰਨੇ ਕੀ ਬਜਾਏ ਹਮੇ ਤੁਰੰਤ ਫੈਸਲੇ ਲੈਣੇ ਚਾਹੀਏ, ਔਰ ਇਸ ਨਏ ਦੌਰ ਮੇ ਜੋ ਵਾਈਸ ਪ੍ਰੈਜੀਡੈਂਟ ਆਪ ਬਣੇ ਹੋ, ਵੀ ਐਕਸਪੈਕਟ ਦੈਟ ਯੂ ਵਿਲ ਟੇਕ ਫਰਮ ਡਿਸੀਜਨਸ ਇਮੀਡੀਏਟਲੀ ਸੋ ਦੈਟ ਔਰਗਨਾਈਜੇਸ਼ਨ ਕੋ 2014 ਕੇ ਲੋਕ ਸਭਾ ਚੁਣਾਵ ਔਰ 2013 ਕੀ ਜੋ ਵਿਧਾਨ ਸਭਾ ਚੁਣਾਵ ਹੈ ਉਸਮੇ ਹਮ ਮਜ਼ਬੂਤੀ ਸੇ ਪੇਸ਼ ਕਰ ਪਾਏ। ਮੈਂ ਉਹਨਾਂ ਦੀ ਇਸ ਗੱਲ ਨੂੰ ਇੰਡੋਰਸ ਕੀਤਾ, ਮੈਂ ਕਿਹਾ ਕਿ ਮੇਰਾ ਮੈਂ ਇਹ ਮਹਿਸੂਸ ਕਰਦਾ ਕਿ ਟਾਈਮਿੰਗ ਕਈ ਵਾਰ ਸਾਡਾ ਔਰਗਨਾਈਜੇਸ਼ਨਲ ਸੈਟਅਪ ਦਾ, ਬੰਦੇ ਭੇਜਣ ਦਾ, ਇਲੈਕਸ਼ਨਾਂ ਲੜਨ ਦਾ, ਉਮੀਦਵਾਰ ਐਲਾਨ ਕਰਨ ਦਾ,
ਕਈ ਵਾਰ ਸਾਡਾ ਲੇਟ ਹੁੰਦਾ ਕਈ ਵਾਰ ਨਹੀਂ ਮੈਂ ਕਹਾਂ ਰਾਦਰ ਹਰ ਵਾਰੀ ਲੇਟ ਹੁੰਦਾ ਹਾਂ ਮੈਂ ਤਾਂ ਨਿੱਜੀ ਉਦਾਹਰਣ ਹੈ ਕਿ ਮੈਂ ਦੋ ਲੋਕ ਸਭਾ ਦੀਆਂ ਚੋਣਾਂ ਬਹੁਤ ਥੋੜ੍ਹੇ ਮਤਾਂ ਨਾਲ ਹਾਰਿਆ 10,000 ਵੋਟ 12,00,000 ਵੋਟ 'ਚ ਕੀ ਹੁੰਦੀ ਹੈ ਉਹਦਾ ਰੀਜ਼ਨ ਇਹ ਸੀ ਕਿ ਮੇਰੇ ਪ੍ਰਤੀਦਵੰਦੀ ਉਦੋਂ ਤੱਕ 6-6 ਚੱਕਰ ਲਾ ਚੁੱਕੇ ਹੁੰਦੇ ਸੀ ਹਲਕੇ ਦੇ ਜਦੋਂ ਮੈਨੂੰ ਟਿਕਟ ਮਿਲਦੀ ਸੀ ਤੋ ਸਾਨੂੰ ਹੁਣ ਇਸ ਗੱਲ ਦੀ ਉਮੀਦ ਹੀ ਨਹੀਂ ਇਸ ਗੱਲ ਦਾ ਵਿਸ਼ਵਾਸ ਹੋ ਗਿਆ ਹੈ ਕਿ ਸਾਡੇ ਉਮੀਦਵਾਰਾਂ ਦਾ ਐਲਾਨ ਲੋਕ ਸਭਾ ਅਤੇ ਵਿਧਾਨ ਸਭਾ ਦਾ ਪਹਿਲਾਂ ਹੋ ਜਾ ਕਰੇਗਾ 3-4 ਮਹੀਨੇ ਉਹਦੇ ਨਾਲ ਚੰਗਾ ਅਸਰ ਪਏਗਾ ਇਹ ਚੀਜ਼ ਹੋਏਗੀ ਇਹ ਚੀਜ਼ ਤੁਸੀਂ ਸਮਝ ਰਹੇ ਵੀ ਹੋ ਪਾਏਗੀ ਬਿਲਕੁਲ ਡੈਫੀਨੇਟਲੀ 100% ਤੁਹਾਡੇ ਜੈਪੁਰ ਚਿੰਤਨ ਸ਼ਿਵਰ ਦੇ ਵਿੱਚ ਸੋਨੀਆ ਗਾਂਧੀ ਪਾਰਟੀ ਜਿਹੜੇ ਪ੍ਰਧਾਨ ਹੈਗੇ ਨੇ ਉਹਨਾਂ ਵੱਲੋਂ ਇੱਕ ਗੱਲ ਆਈ ਸੀ ਵੀ ਸਾਡੇ ਲਈ ਕਾਂਗਰਸ ਪਾਰਟੀ ਲਈ ਹੁਣ ਖੇਤਰੀ ਜਿਹੜੀ ਤਾਕਤਾਂ ਆ ਖੇਤਰੀ ਪਲੇਅਰਸ ਰੀਜਨਲ ਪਲੇਅਰਸ ਹੈਗੇ ਨੇ ਉਹ ਇੱਕ ਚੁਣੌਤੀ ਹੈ ਕਿਤੇ ਨਾ ਕਿਤੇ ਉਹਨਾਂ ਦੀ ਇਹ ਗੱਲਬਾਤ ਪੰਜਾਬ ਵਰਗੇ ਸਟੇਟਸ ਜਿੱਥੇ ਕਿ ਤੁਹਾਨੂੰ ਅਕਾਲੀ ਦਲ ਵਰਗੇ ਇੱਕ ਰੀਜਨਲ ਪਲੇਅਰ ਨੇ ਪਟਕਨੀ ਦੇ ਦਿੱਤੀ ਅਤੇ ਇਹ ਵੀ ਚੀਜ਼ ਉੱਤੇ ਚਿੰਤਾ ਜਤਾਏਗੀ ਵੀ ਸਾਡੀ ਸਰਕਾਰਾਂ ਕਿਉਂ ਲਗਾਤਾਰ ਕਾਫੀ ਲੰਬੇ ਲੰਬੇ ਵਕਫੇ ਤੋਂ ਸੱਤਾ ਤੋਂ ਬਾਹਰ ਰਹਿ ਰਹੀਆਂ ਹੈਗੇ ਨੇ ਇਸ ਸਟੇਟਸ ਦੇ ਵਿੱਚ ਕੀ ਪੰਜਾਬ ਵਾਸ ਐਨ ਇੰਪੋਰਟੈਂਟ ਫੈਕਟਰ ਐਟ ਦ ਬੈਡ ਆਫ ਬੈਕ ਆਫ ਦ ਮਾਈਂਡ ਆਫ ਕਾਂਗਰਸ ਪ੍ਰੈਜ਼ੀਡੈਂਟ ਜਦੋਂ ਉਹਨਾਂ ਨੇ ਗੱਲ ਕੀ ਪੰਜਾਬ ਹੈਜ਼ ਆਲਵੇਜ਼ ਬੀਨ ਔਨ ਦ ਟੋਪ ਪ੍ਰਿਓਰਿਟੀ ਆਫ ਦ ਪਾਰਟੀ ਹਾਈ ਕਮਾਂਡ ਬੀਂਗ ਅ ਬਾਰਡਰ ਸਟੇਟ ਇੱਕ ਵਿਸ਼ੇਸ਼ ਗੱਲ ਪੰਜਾਬ ਦੀ ਇਹ ਹੈ ਲੱਖੀ ਜੀ ਕਿ ਅਸੀਂ ਆਤੰਕਵਾਦ ਦੀ ਪੀੜਾ ਨੂੰ ਹੰਡਾਇਆ ਔਰ ਅਸੀਂ ਸਾਰੀਆਂ ਪਾਰਟੀਆਂ ਉਦੋਂ ਇਕੱਠੇ ਲੜੇ ਹਾਂ ਸਾਰੀਆਂ ਪਾਰਟੀਆਂ ਤੋਂ ਮੇਰਾ ਭਾਵ ਕਾਂਗਰਸ ਖੱਬੀਆਂ ਪਾਰਟੀਆਂ ਅਕਾਲੀ ਦਲ ਦੇ ਬੰਦੇ ਵੀ ਸ਼ਹੀਦ ਹੋਏ RSS ਦੇ ਬੰਦੇ ਵੀ ਸ਼ਹੀਦ ਹੋਏ ਔਰ ਦਰਸ਼ਨ ਸਿੰਘ ਕੈਨੇਡੀਅਨ ਅਰ ਗਏ ਚਲੋ ਅਨੇਕਾਂ ਨਾਂ ਨੇ ਸਾਰੇ ਨਾਂ ਵਕਤ ਨਹੀਂ ਹੁੰਦਾ ਇੰਨੇ ਨਾਂ ਲੈਣ ਦਾ ਮਗਰ ਇਸ ਨਾਤੇ ਵੈਸਟ ਬੰਗਾਲ ਦੀ ਕੀ ਸਥਿਤੀ ਹੈ ਕਮਿਊਨਿਸਟ ਪਾਰਟੀ ਨਾਲ ਸਾਡੀ ਜਾਂ ਕੇਰਲਾ ਦੀ ਕੀ ਸਥਿਤੀ ਹੈ ਉਹਦੇ ਨਾਲ ਪੰਜਾਬ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਹਰਕਿਸ਼ਨ ਸਿੰਘ ਸੁਰਜੀਤ ਸਾਡੇ ਬਜ਼ੁਰਗ ਬਹੁਤ ਸਿਆਸਤ ਕਾਗ ਸੀਗੇ ਔਰ ਉਹਨਾਂ ਦੇ ਸ਼ਬਦ ਮੈਂ ਕਦੇ ਨਹੀਂ ਭੁੱਲਦਾ ਉਹਨਾਂ ਨੇ ਮੈਨੂੰ ਇਹ ਕਿਹਾ ਜਗਮੀਤ ਆਉਣ ਵਾਲੇ ਦਿਨਾਂ ਵਿੱਚ ਅਗਰ ਤਾਂ ਇਕੱਲੇ ਅਕਾਲੀ ਦਲ ਦਾ ਮੁਕਾਬਲਾ ਕਰਨਾ ਤਾਂ ਕਾਂਗਰਸ ਕਰ ਲਵੇ ਅਗਰ ਅਕਾਲੀ ਦਲ ਅਤੇ ਭਾਜਪਾ ਦਾ ਮੁਕਾਬਲਾ ਕਰਨਾ ਕਾਮਨਲ ਫੋਰਸਿਸ ਦਾ ਜੋ ਉਹਨਾਂ ਦੇ ਮੁਤਾਬਕ ਉਹਨਾਂ ਨੇ ਸ਼ਬਦ ਕਹੇ ਤਾਂ ਤੁਹਾਨੂੰ ਖੱਬੀਆਂ ਪਾਰਟੀਆਂ ਦੀ ਸਾਂਝ ਔਰ ਭਾਈਵਾਲਤਾ ਔਰ ਉਹਨਾਂ ਦਾ ਸਾਥ ਲੈਣਾ ਚਾਹੀਦਾ ਤਾਂ ਤੁਸੀਂ ਪੰਜਾਬ 'ਚ ਕਾਮਯਾਬ ਹੋਵੋਗੇ ਹਾਲਾਂਕਿ ਪਰਸੈਂਟੇਜ ਆਫ ਵੋਟਸ ਦੋਨੇ ਵਾਰੀ ਸਾਡਾ 1% ਤੋਂ ਵੀ ਘੱਟ ਦਾ ਫਰਕ ਰਹਿੰਦਾ ਅਗਰ ਸਾਡੇ ਨਾਲ ਖੱਬੀਆਂ ਪਾਰਟੀਆਂ ਔਰ ਲਾਈਕ ਮਾਈਂਡਡ ਪਾਰਟੀਆਂ ਹੁੰਦੀਆਂ ਤਾਂ ਮੈਂ ਇਹ ਸਮਝਦਾ ਕਿ ਸਾਡੀ ਦੋਨੋਂ ਵਾਰ ਫਤਿਹ ਹੋਣੀ ਸੀ ਮੇਰਾ ਇਹ ਵਿਸ਼ਵਾਸ ਹੈ ਇਹ ਸਾਰੀ ਚੀਜ਼ਾਂ ਨੇ ਤੁਹਾਡੀ ਪਾਰਟੀ ਨੂੰ ਸੋਚਣ ਲਈ ਮਜਬੂਰ ਕੀਤਾ ਵੀ ਇਸ ਕਿਸਮ ਦੇ ਰੀਜਨਲ ਪਲੇਅਰਸ ਦਾ ਮਜ਼ਬੂਤ ਹੋਣਾ ਅਲਾਇੰਸ ਪਾਰਟਨਰਸ਼ਿਪ ਨਵੀਆਂ ਪਰਮੂਟੇਸ਼ਨ ਕੰਬੀਨੇਸ਼ਨ ਇਕੁਏਸ਼ਨਸ ਬਣ ਰਹੀਆਂ ਨੇ ਕਾਂਗਰਸ ਦੀ ਜਿਹੜੀ ਖੇਡਣ ਦੀ ਹਜੇ ਤੱਕ ਜੋ ਸਮਝ ਵਿੱਚ ਆਇਆ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਜ਼ਰੀਏ ਤੋਂ ਕਹਿ ਰਹੇ ਪਿਛਲੇ 8-10 ਸਾਲਾਂ ਤੋਂ ਉਹ ਸਾਰੇ ਜਿਹੜੇ ਕੰਬੀਨੇਸ਼ਨ ਸਨ ਉਹਨਾਂ ਦੀ ਅਰਥਮੈਟਿਕ ਦੇ ਵਿੱਚ ਪਾਰਟੀ ਨਹੀਂ ਗਈ ਪਾਰਟੀ ਨੇ ਸਿਰਫ ਇਹ ਸੋਚਿਆ ਵੀ ਵਾਰੀ ਵੱਟਾ ਹੈਗਾ ਅਤੇ ਇੱਕ ਵਾਰ ਤੁਸੀਂ ਅਤੇ ਇੱਕ ਵਾਰ ਅਸੀਂ ਉਹ ਸਾਰੀ ਚੀਜ਼ਾਂ ਦੇ ਵਿੱਚ ਪਾਰਟੀ ਪਿੱਛੇ ਰਹਿ ਗਈ ਹੈ ਲੇਕਿਨ ਇਹ ਕਿੱਡੀ ਗੰਭੀਰਤਾ ਦੇ ਨਾਲ ਸੋਚ ਉਭਰੀ ਹੈ ਜਿੱਥੇ ਤੁਸੀਂ PPP ਜਾਂ CPA ਵਰਗੀ ਪਾਰਟੀਆਂ ਦੇ ਨਾਲ ਹੱਥ ਮਿਲਾਉਣ ਦੀ ਗੱਲ ਕਰ ਰਹੇ ਹੋ ਅਤੇ ਕੀ ਇਹ ਹੱਥ ਮਿਲਾਉਣ ਦੀ ਗੱਲਬਾਤ ਨੂੰ ਇੱਕ ਕਮਜ਼ੋਰੀ ਦੇ ਰੂਪ ਵਿੱਚ ਵੇਖਿਆ ਨਹੀਂ ਜਾਏਗਾ ਕਿ ਉਹ ਪਾਰਟੀ ਕਾਂਗਰਸ ਜੋ ਕਿ ਪੰਜਾਬ ਵਿੱਚ ਇੰਨੇ ਸਾਲ ਸੱਤਾ ਦਾ ਸੁੱਖ ਉਸਨੇ ਮਾਣਿਆ ਹੈਗਾ ਉਸਨੂੰ ਮਾਣ ਹਾਸਲ ਹੋਇਆ ਪੰਜਾਬ ਦੀ ਲੀਡਰਸ਼ਿਪ ਕਰਨ ਦਾ ਕੀ ਉਹ ਹੁਣ ਅਸਮਰੱਥ ਹੈਗੀ ਵੀ ਇਕੱਲੇ ਸੱਤਾ ਦੇ ਵਿੱਚ ਆ ਜਾਏ ਉਹਨੂੰ ਇਸ ਪਾਰਟੀ ਨਾਲ ਪਾਰਟੀ ਦਾ ਸਾਥ ਲੈਣਾ ਪਏਗਾ ਮੇਰਾ ਖਿਆਲ ਹੈ ਮੇਰੀ ਇਸ ਗੱਲ ਨੂੰ ਅਗਰ ਸਭ ਤੋਂ ਵੱਧ ਕੋਈ ਸਮਝ ਰਿਹਾ ਅਗਰ ਕੋਈ ਸੁਣ ਰਿਹਾ ਹੋਏਗਾ ਤਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਮਝ ਸਕਦੇ ਹੈ ਇੱਕ ਚੋਣ ਹਾਰੇ ਹੈ ਸਿਰਫ ਆਪਦੇ ਪੋਲੀਟੀਕਲ ਕੈਰੀਅਰ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਉਹਨਾਂ ਦੇ ਬੇਟੇ ਸੁਖਬੀਰ ਸਿੰਘ ਜੀ ਮੇਰੇ ਭਰਾ ਵਾਈਸ ਜੋ ਇਹਨਾਂ ਦੇ ਡਿਪਟੀ ਚੀਫ ਮਿਨਿਸਟਰ ਹੈ ਉਹ ਚੋਣ ਥੋੜ੍ਹੀਆਂ ਵੋਟਾਂ 'ਤੇ ਹੀ ਹਾਰੇ ਹੈ 5,000 ਵੋਟ 'ਤੇ ਲੋਕ ਸਭਾ 1999 ਫਰੀਦਕੋਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਬੇਟਾ ਕੇਂਦਰੀ ਮੰਤਰੀ ਸੀ ਉਹ ਹਰੇ ਖੱਬੀਆਂ ਪਾਰਟੀਆਂ ਮੇਰੇ ਨਾਲ ਸੀ ਔਰ ਉਹਨਾਂ ਦਾ ਸਮਰਥਨ ਮੇਰੇ ਨਾਲ ਸੀ ਮੈਂ ਇਹ ਸਮਝਦਾ ਕਿ ਇਹ ਪੰਜਾਬ ਦਾ ਵਰਤਾਰਾ ਬਹੁਤ ਜ਼ਰੂਰੀ ਅਸੀਂ ਇਸ ਕਰਕੇ ਨਹੀਂ ਕਿ ਇਕੱਲੇ ਉਹਨਾਂ ਦਾ ਭਾਰਤੀ ਜਨਤਾ ਪਾਰਟੀ ਮੈਂ ਸਿੱਧਾ ਸਵਾਲ ਕਰਦਾ ਕਿ ਜੋ ਕੁਛ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਵਿੱਚ ਵਾਪਰਿਆ ਕਿ ਪਹਿਲੀ ਵਾਰ ਪੰਜਾਬ ਦੀ ਇਲੈਕਟੋਰਲ ਹਿਸਟਰੀ ਦੇ ਵਿੱਚ ਇੱਕ ਸਿਟਿੰਗ MLA ਦੋ ਵਾਰ ਬਣਿਆ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਚਲਾ ਗਿਆ ਸ਼੍ਰੋਮਣੀ ਅਕਾਲੀ ਦਲ ਵਿੱਚ ਜਾਣ ਤੋਂ ਬਾਅਦ ਉਸੇ ਬੰਦੇ ਨੂੰ ਦੁਬਾਰਾ ਅਕਾਲੀ ਦਲ ਦਾ ਟਿਕਟ ਦੇ ਦਿੱਤਾ ਗਿਆ ਮੇਰਾ ਇਹ ਮੰਨਣਾ ਹੈ ਕਿ ਜਿੱਡਾ ਕੱਦ ਬੁੱਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਉੱਤਰੀ ਭਾਰਤ ਔਰ ਦੇਸ਼ ਦੇ ਵਿੱਚ ਹੈ ਇਸ ਇਕੱਲੀ ਘਟਨਾ ਨੇ ਆਈ ਐਮ ਵੈਰੀ ਸੀਰੀਅਸ ਔਨ ਇਟ ਆਈ ਡੋਂਟ ਵਾਂਟ ਟੂ ਅਲੈਜ ਮੈਂ ਉਹਨਾਂ ਬਾਰੇ ਕੋਈ ਸ਼ਬਦਾਵਲੀ ਜਾਂ ਉਹਨਾਂ ਬਾਰੇ ਕੋਈ ਭਾਸ਼ਾ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਉਹ ਬਹੁਤ ਸਤਿਕਾਰਯੋਗ ਨੇ ਮਗਰ ਇਹਦੇ ਨਾਲ ਉਹਨਾਂ ਦਾ ਰੁਤਬਾ ਜਿਹੜਾ ਹੈ ਜੋ ਵਧੇਰੇ ਅਧਿਕਾਰਾਂ ਲਈ ਜੋ ਐਮਰਜੈਂਸੀ ਦੇ ਵਿਰੁੱਧ ਜੋ ਉਹਨਾਂ ਨੇ ਇੱਕ ਹਾਈ ਪਿੱਚ ਬੈਟਲ ਜਿਹੜੀ ਹੈ ਦੇਸ਼ ਵਾਸੀਆਂ ਦੀ ਲੜਨ ਦੀ ਪਿਛਲੇ ਲੰਮੇ ਸਮੇਂ ਤੋਂ ਉਪਰਾਲਾ ਕੀਤਾ ਉਹਨੂੰ ਬਹੁਤ ਵੱਡੀ ਸੱਟ ਵੱਜੀ ਹੈ ਉਹਦਾ ਮੈਂ ਰੀਜ਼ਨ ਦੱਸਦਾ ਕਿ ਸਾਰੇ ਅਕਾਲੀ ਦਲ ਦਾ ਕਾਡਰ ਬੇਸ਼ੱਕ ਅੱਜ ਉਹ ਕੋਈ ਸਵਾਲ ਨਾ ਕਰਦੇ ਹੋਣ ਕਿਉਂਕਿ ਲੀਡਰਸ਼ਿਪ ਤਾਂ ਉੱਗਣੀ ਵੱਖ ਵੱਖ ਥਾਵਾਂ 'ਤੇ ਬੰਦ ਹੋ ਗਈ ਹੈ ਔਰ ਇਸ ਕਰਕੇ ਬਹੁਤ ਵੱਡਾ ਉਹਨਾਂ ਨੂੰ ਇਸ ਗੱਲ ਦਾ ਨੁਕਸਾਨ ਹੋਇਆ ਸਾਨੂੰ
ਜ਼ਰੂਰਤ ਹੈ ਲਾਈਕ ਮਾਈਂਡਡ ਪਾਰਟੀਆਂ ਅਤੇ ਸੋਚ ਨੂੰ ਨਾਲ ਲੈ ਕੇ ਚੱਲਣ ਦੀ। ਹੁਣ ਮੈਂ ਤੁਹਾਨੂੰ ਦੱਸਦਾ,